ਸਾਰੇ ਗੁਰੂ ਬਣਨਾ ਚਾਹੁੰਦੇ ਹਨ, ਚੇਲਾ ਤਾਂ ਕੋਈ ਵਿਰਲਾ ਵਿਰਲਾ ਹੀ ਬਣਨਾ ਚਾਹੁੰਦਾ ਹੈ। ਗੱਲ ਜਿਹੜੀ ਕੋਈ ਸਮਝਾਵੇ ਉਹ ਆਪਣੇ ਅਮਲ ਵਿੱਚ ਲਿਆਉਣੀ ਚਾਹੀਦੀ ਹੈ, ਨਾ ਕਿ ਬਿਨਾਂ ਆਪ ਅਮਲ ਕੀਤੇ ਦੇ ਦੂਸਰਿਆਂ ਨੂੰ ਉਪਦੇਸ਼ ਕਰਨ ਲੱਗ ਪੈਣਾ। ਜਿਵੇਂ ਫੋਟੋ ਕੈਮਰੇ ਦਾ ਸ਼ੀਸ਼ਾ ਪਹਿਲਾਂ ਆਪਣੇ 'ਤੇ ਅਕਸ਼ ਲੈਂਦਾ ਹੈ ਤਾਂ ਵੇਖੋ ਕਿਤਨੀ ਸੋਹਣੀ ਤਸਵੀਰ ਬਣਦੀ ਹੈ, ਪਰ ਜੇ ਲੁਕਿੰਗ ਗਲਾਸ ਵਿੱਚ ਬਹੁਤੇ ਆਦਮੀ ਮੂੰਹ ਵੇਖਦੇ ਹਨ ਪਰ ਉਸ ਉੱਪਰ ਕੋਈ ਅਸਰ ਨਹੀਂ ਹੁੰਦਾ, ਸ਼ੀਸ਼ਾ ਕੋਈ ਅਸਰ ਕਬੂਲਦਾ ਹੀ ਨਹੀਂ, ਕੋਰੇ ਦਾ ਕੋਰਾ ਰਹਿੰਦਾ ਹੈ। ਇਸੇ ਤਰ੍ਹਾਂ ਆਪਣੀ ਸਿਫਤ ਆਪ ਕਰਨਾ ਚੰਗਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਹੋਰ ਮਾੜੀਆਂ ਚੀਜ਼ਾਂ ਗਿਣੀਆਂ ਹਨ ਉੱਥੇ ਆਪਾ ਸਲਾਹ ਨੂੰ ਵੀ ਉਹਨਾਂ ਵਿੱਚ ਸ਼ੁਮਾਰ ਕੀਤਾ ਹੈ। ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰਮਲ ਮੁਖ ਸੁੱਧੀ ਅਗਨ ਕਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ। ਆਪ ਨੂੰ ਅਤਹੀਣ ਜਾਣਨਾ ਵੀ ਬੁਰਾ ਹੈ, ਆਪ ਨੂੰ ਕੋਸਣਾ ਇਹ ਵੀ ਗੁਨਾਹ ਹੈ। ਅਸਾਂ ਇਹਨਾਂ ਵਿੱਚੋਂ ਠੀਕ ਰਸਤਾ ਪਾਲਣਾ ਹੈ, ਨਾ ਆਪਣੀ ਸਵੈ ਦੀ ਉਸਤਤ ਨਾ ਆਪਣੀ ਹੀਣ ਭਾਵਨਾ। ਗੁਰੂ ਸਾਹਿਬ ਨੇ ਇਸ ਮਾਰਗ ਨੂੰ ਇਸ ਤਰ੍ਹਾਂ ਦਰਸਾਇਆ ਹੈ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਗ। ਗੁਰਬਾਣੀ ਨੂੰ ਵਿਚਾਰਨਾ ਹੈ, ਸਾਡੇ ਗੁਰੂ ਸਾਹਿਬਾਨ ਨੂੰ ਮੁਕੰਮਲ ਗਿਆਨ ਸੀ। ਇਸ ਤੁਕ ਦੀ ਮਨੋਵਿਗਿਆਨਕ ਧਾਰਾ ਨੂੰ ਵਿਚਾਰੋ, ਫਰੀਦਾ ਬੁਰੇ ਦਾ ਭਲਾ ਕਰ ਫੇਰ ਕੀ ਹੋਏਗਾ, ਗੁੱਸਾ ਮਨ ਨਾ ਹੰਡਾਏ। ਦੂਜਾ ਦੇਹੀ ਰੋਗ ਨਾ ਲੱਗੇ। ਤੀਜਾ ਪੱਲੇ ਸਭ ਕਿਛ ਪਾਏ। ਦੇਖੋ ਕਿੰਨਾ ਲਾਭ ਹੈ ਇਸਦਾ। ਰਤਨ ਨਾਮ ਅਮੁੱਲ ਪਦਾਰਥ ਹੈ, ਇਹ ਵਿਸਮਾਦ ਤੋਂ ਪਰੇ ਲੈ ਜਾਂਦਾ ਹੈ। ਵੈਸਟਰਨ ਦੁਨੀਆ ਅੱਜ ਕੱਲ੍ਹ ਆਰਾਮ ਲੈਣ 'ਤੇ ਜ਼ੋਰ ਦੇ ਰਹੀ ਹੈ, ਨਾਮ ਦਾ ਸਿਮਰਨ ਵਧੀਆ ਆਰਾਮ ਹੈ, ਇਹ ਸਾਡੀ ਦੇਹ ਅਰੋਗ ਰੱਖਦਾ ਹੈ ਅਤੇ ਵਾਹਿਗੁਰੂ ਦੇ ਕੋਲ ਵੀ ਲੈ ਜਾਂਦਾ ਹੈ। ਇਸ ਨਾਲ ਅਸੀਂ ਅੰਤਰਮੁਖ ਹੋ ਜਾਂਦੇ ਹਾਂ। ਲਿਖਾਰੀ ਦੇ ਹੱਥ ਕਲਮ ਹੁੰਦੀ ਹੈ, ਕਲਮ ਜੋ ਲਿਖਦੀ ਹੈ ਉਹ ਕਲਮ ਦੇ ਵੱਸ 'ਚ ਨਹੀਂ ਹੁੰਦਾ, ਉਹ ਲਿਖਾਰੀ ਦੇ ਵੱਸ 'ਚ ਹੁੰਦਾ। ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਛ ਮੇਥੋਂ ਲਿਖਾਇਆ ਹੈ ਇਹ ਆਪਣਾ ਯੰਤਰ ਬਣਾ ਕੇ ਲਿਖਾਇਆ, ਇਹਦੇ ਵਿੱਚ ਮੇਰੇ ਵੱਸ ਕੁਛ ਨਹੀਂ ਹੈ। ਜੋ ਮੇਥੋਂ ਹੋਇਆ ਇਸਦਾ ਕ੍ਰੈਡਿਟ ਇਸ ਦੀ ਵਡਿਆਈ ਉਹਨਾਂ ਨੂੰ ਹੈ, ਨਾ ਕਿ ਮੈਨੂੰ। ਸਾਡੇ ਸਤਿਗੁਰੂ ਤਾਂ ਅਨਪੜ੍ਹ ਝੀਵਰਾਂ ਤੋਂ ਬੜੇ ਗਿਆਨੀ ਪੰਡਤਾਂ ਨੂੰ ਹਰਾਉਣ ਦੇ ਸਮਰੱਥ ਹਨ। ਤੁਸਾਂ ਸਭ ਨੂੰ ਸਾਖੀ ਯਾਦ ਹੈ ਨਾ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਸ ਤਰ੍ਹਾਂ ਇੱਕ ਅਨਪੜ੍ਹ ਝੀਵਰ ਤੋਂ ਇੱਕ ਪੰਡਿਤ ਨੂੰ ਗੀਤਾ ਦੇ ਅਰਥ ਕਰਨ ਵਿੱਚ ਹਰਾਇਆ ਅਤੇ ਫਿਰ ਪੰਡਿਤ ਸਤਿਗੁਰਾਂ ਦੇ ਚਰਨੀ ਲੱਗ ਕੇ ਨਾਮ ਤਰੀਕ ਸਿੱਖ ਹੋਇਆ। ਲੋਕ ਰਤਾ ਕੁ ਸਿੱਖਿਆ ਪਾ ਕੇ ਆਪਣੇ ਆਪ ਨੂੰ ਜਿਤਾਉਣ ਲੱਗ ਪੈਂਦੇ ਹਨ। ਸਤਿਗੁਰੂ ਜੀ ਨੇ ਫਰਮਾਇਆ, ਜੱਜਾ ਜਾਣੈ ਹਾਉ ਕੁਛ ਹੁਆ
ਬਾਧਿਓ ਜਿਉ ਨਲਨੀ ਭ੍ਰਮ ਸੂਆ, ਜੋ ਜਾਣੇ ਹੋ ਭਗਤ ਗਿਆਨੀ, ਆ ਗਏ ਠਾਕਰ ਤਿਲ ਨਹੀਂ ਮਾਨੀ। ਪਦਾਰਥ ਗਿਆਨੀ ਸਾਨੂੰ ਗੁੰਮਰਾਹ ਕਰਦੇ ਹਨ, ਅਸੀਂ ਉਹਨਾਂ ਦੇ ਉਪਦੇਸ਼ ਹੇਠ ਆਪਣੇ ਆਪ ਨੂੰ ਬ੍ਰਹਮ ਗਿਆਨੀ ਬਣਾਉਣਾ ਚਾਹੁੰਦੇ ਹਾਂ, ਪਰ ਇਹ ਗਲਤ ਹੈ। ਅਸਾਂ ਪਰਮਾਰਥ ਦੇ ਤੱਤ ਵੇਤਾ ਦੀ ਸੰਗਤ ਰਾਹੀਂ ਵਾਹਿਗੁਰੂ ਨਾਲ ਮਿਲਾਪ ਪ੍ਰਾਪਤ ਕਰਨਾ ਹੈ। ਜਿਸ ਦੇ ਅੰਦਰ ਸਿਮਰਨ ਹੈ, ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ ਔਰ ਉਹੀ ਮੁਕਤ ਹੈ। ਵਾਹਿਗੁਰੂ ਨੂੰ ਅਸੀਂ ਪਦਾਰਥਕ ਤੌਰ 'ਤੇ ਨਹੀਂ ਦੇਖ ਸਕਦੇ, ਅਨੁਭਵੀ ਦ੍ਰਿਸ਼ਟਾ ਪਦ ਵਿੱਚ ਹੋ ਕੇ ਪ੍ਰਤੀਤ ਕਰ ਸਕਦੇ ਹਾਂ। ਸਾਰੇ ਪਦਾਰਥ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ ਉਹ ਬਿਨਸਨਹਾਰ ਹਨ, ਵਾਹਿਗੁਰੂ ਬਿਨਸਨਹਾਰ ਨਹੀਂ ਹੈ। ਇਸ ਵਾਸਤੇ ਅਸੀਂ ਉਸ ਨੂੰ ਕਿਵੇਂ ਦੇਖ ਸਕਦੇ ਹਾਂ? ਅਸੀਂ ਲੱਕੜ ਦੇਖ ਸਕਦੇ ਹਾਂ ਪਰ ਉਸ ਅੰਦਰਲੀ ਅੱਗ ਨਹੀਂ। ਅਸੀਂ ਬਲ ਦੀ ਅੱਗ ਤਾਂ ਦੇਖ ਸਕਦੇ ਹਾਂ ਪਰ ਉਸ ਵਿਚਲੀ ਤਪਸ਼ ਨਹੀਂ। ਇਸੇ ਤਰ੍ਹਾਂ ਅਸੀਂ ਕੁਦਰਤ ਤਾਂ ਦੇਖ ਸਕਦੇ ਹਾਂ ਪਰ ਕਾਦਰ ਨਹੀਂ। ਬਸ ਕੁਦਰਤ ਵਿੱਚੋਂ ਹੀ ਕਰਤਾ ਅਨੁਭਵ ਕੀਤਾ ਜਾ ਸਕਦਾ ਹੈ। ਜੀਵਨ ਦਾ ਲਾਹਾ ਸਿਮਰਨ ਹੈ, ਸਿਮਰਨ ਦਾ ਫਾਇਦਾ ਸਹਿਜ ਅਵਸਥਾ ਹੈ, ਮੁਕਤਾ ਹੈ। ਫਿਰ ਇਸ ਦੀ ਕੋਈ ਕੀਮਤ ਨਹੀਂ। ਇਸ ਦੀ ਕੀਮਤ ਦਾ ਪਤਾ ਲੱਗਦਾ ਮਰ ਕੇ। ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਉਹ ਮਰ ਕੇ ਪਛਤਾਉਣਗੇ, ਫਿਰ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਵੀ ਪਛਤਾਉਣਗੇ। ਭਲਾ ਕਿਉਂ? ਇਸ ਲਈ ਕਿ ਜਦ ਇਸ ਦੀ ਕੀਮਤ ਦਾ ਪਤਾ ਲੱਗੇਗਾ ਕਿ ਇਹ ਬੜੀ ਮਹਾਨ ਕੀਮਤ ਅਤੇ ਅਮੋਲਕ ਹੈ, ਫਿਰ ਉਹ ਕਹਿਣਗੇ ਜੇ ਸਿਮਰਨ ਦੀ ਏਡੀ ਕੀਮਤ ਸੀ ਤਾਂ ਅਸੀਂ ਹੋਰ ਸਿਮਰਨ ਕਿਉਂ ਨਾ ਕੀਤਾ। ਜਿਹੜੇ 5 ਮਿੰਟ ਵੀ ਰੋਜ਼ ਸਿਮਰਨ ਕਰਦੇ ਹਨ ਜਾਂ ਕਰਨਗੇ, ਉਹਨਾਂ ਨੂੰ ਵੀ ਦਰਗਾਹ ਵਿੱਚ ਸੋਹਣਾ ਸੁੱਖ ਮਿਲੇਗਾ। ਮਾਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਉਸ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ। ਇਹ ਮਾਂ ਦੀਆਂ ਗੱਲਾਂ ਬੱਚੇ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਸਹਿ ਸੁਭਾਅ ਟਿਕ ਜਾਂਦੀਆਂ ਅਤੇ ਇਹ ਗੱਲਾਂ ਉਸ ਵਿੱਚ ਰਚਦੀਆਂ ਰਹਿੰਦੀਆਂ ਹਨ। ਬੱਚਾ ਉਹਨਾਂ ਗੱਲਾਂ ਨੂੰ ਤੋਤਲੀ ਆਵਾਜ਼ ਵਿੱਚ ਦੁਹਰਾਉਂਦਾ ਹੈ ਅਤੇ ਹੌਲੀ ਹੌਲੀ ਬੋਲਣਾ ਸਿੱਖ ਜਾਂਦਾ। ਜੇ ਮਾਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੇ ਤਾਂ ਬੱਚਾ ਬੋਲਣਾ ਹੀ ਨਾ ਸਿੱਖੇ। ਇਸ ਤਰ੍ਹਾਂ ਜਦ ਅਸੀਂ ਨਾਮ ਜਪਦੇ ਹਾਂ ਤਾਂ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਅਚੇਤ ਹੀ ਦਾਖਲ ਹੋ ਜਾਂਦਾ ਹੈ, ਉਹਦੇ ਵਿੱਚ ਸਮਾ ਜਾਂਦਾ ਹੈ। ਜਦ ਇਹ ਮਨ ਭਰਪੂਰ ਹੋ ਜਾਂਦਾ ਹੈ ਤਾਂ ਨਾਮ ਦਾ ਰਸ ਆਉਣ ਲੱਗਦਾ ਹੈ। ਮਨ 'ਤੇ ਸੰਗਤ ਦਾ ਅਸਰ ਵੀ ਬਹੁਤ ਹੁੰਦਾ ਹੈ। ਮਨ ਦਿਨ ਨੂੰ ਜੋ ਕੁਛ ਕਰੇਗਾ ਰਾਤ ਨੂੰ ਉਸੇ ਦੇ ਖੁਆਬ ਦੇਖੇਗਾ, ਸੁਪਨੇ ਦੇਖੇਗਾ। ਜਿਸ ਤਰ੍ਹਾਂ ਕਿ ਜੇ ਕੋਈ ਆਦਮੀ ਕਿਸੇ ਸੰਤ ਦੀ ਸੰਗਤ ਕਰੇ ਅਤੇ ਕੀਰਤਨ ਉਪਦੇਸ਼ ਸੁਣੇ ਤਾਂ ਰਾਤ ਨੂੰ ਉਸਨੂੰ ਸੁਪਨੇ ਵੀ ਸੰਤਾਂ ਦੇ ਅਤੇ ਕੀਰਤਨ ਦੇ ਆਉਣਗੇ। ਜੋ ਮੰਦਾ ਕਰਮੀਆਂ ਦੀ ਸੰਗਤ ਕਰੇਗਾ ਤਾਂ ਸੁਪਨੇ ਵੀ ਮੰਦੇ ਕਰਮਾਂ ਦੇ ਆਉਣਗੇ। ਇੱਕ ਵੰਡ ਅਨੁਸਾਰ ਸਾਡੇ 3 ਰਿਸ਼ਤੇ ਹਨ। ਪਹਿਲਾ ਗੁਰੂ ਨਾਲ ਹੈ, ਦੂਜਾ ਵਾਹਿਗੁਰੂ ਨਾਲ ਹੈ ਅਤੇ ਤੀਜਾ ਆਪਣੇ ਖੁਦ ਨਾਲ ਹੈ। ਆਪਣੇ ਨਾਲ ਇਹ ਹੈ ਕਿ ਸਾਡਾ ਚਾਲ ਚੱਲਣ ਕਰੈਕਟਰ ਇਹ ਉੱਚਾ ਹੋਵੇ, ਇਸ ਲਈ ਤੁਸੀਂ ਯਤਨ ਕਰ ਸਕਦੇ ਹੋ। ਸਜਾਤੀ ਨਾਲ ਸਜਾਤੀ ਮਿਲਦਾ ਹੈ। ਜਦ ਸਾਡੇ ਵਿੱਚ ਵਾਹਿਗੁਰੂ ਦੇ ਗੁਣ ਆ ਜਾਣਗੇ ਤਾਂ ਅਸੀਂ ਉਸ ਵਿੱਚ ਮਿਲ ਸਕਾਂਗੇ। ਜਿਸ ਤਰ੍ਹਾਂ ਪਾਣੀ ਨਾਲ ਪਾਣੀ ਤਾਂ ਮਿਲਦਾ ਪਰ ਪਾਣੀ ਨਾਲ ਪਾਰਾ ਨਹੀਂ ਮਿਲਦਾ। ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਗੰਦਾ ਪਾਣੀ ਨਹੀਂ ਪੈਂਦਾ। ਮਾਨ ਸਰੋਵਰ ਦਾ ਪਵਿੱਤਰ ਪਾਣੀ ਪਾ ਦੇਵੋ ਤਾਂ ਕੋਈ ਇਤਰਾਜ਼ ਨਹੀਂ ਕਰਦਾ। ਤ੍ਰੇਮਤ ਪਤੀ ਵਰਤਾ ਹੋਵੇ ਅਤੇ ਆਦਮੀ ਇਸਤਰੀ ਵਰਤ ਕਰੇ ਤਾਂ ਦੋਨੋਂ ਉੱਚੀ ਚਾਲ ਚੱਲਣ ਦੇ ਹੋ ਕੇ ਸੰਤ ਬਣਨ ਅਤੇ ਸਤਸੰਗ ਬਣਾਉਣ ਦੇ ਸਮਰੱਥ ਹੋ ਜਾਂਦੇ ਹਨ। ਬਾਜ਼ਾਰ ਵਿੱਚ ਨੰਗੇ ਸਿਰ ਫਿਰਨਾ ਜਾਂ ਮਰਦਾਂ ਨਾਲ ਕਲੱਬਾਂ ਵਿੱਚ ਜਾ ਕੇ ਔਰਤਾਂ ਸਿਰਫ ਕਾਮ ਹੀ ਪ੍ਰਚੰਡ ਕਰਦੀਆਂ ਹਨ, ਆਤਮਕ ਸ਼ਾਂਤੀ ਨਹੀਂ ਪ੍ਰਾਪਤ ਕਰਦੀਆਂ।
ਨਾ ਉਹਨਾਂ ਨੂੰ ਦੇਖ ਕੇ ਇਹ ਆਤਮਕ ਸ਼ਾਂਤੀ ਹੁੰਦੀ ਹੈ। ਬਾਣੀ ਤੇ ਨਾਮ ਨਾਲ ਵਾਹਿਗੁਰੂ ਦਾ ਪੱਕਾ ਮਿਲਾਪ ਹੁੰਦਾ ਹੈ, ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਈ ਕਹਿੰਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਹੈ, ਇਹ ਤੇ ਮਕੈਨੀਕਲ ਜੰਤਰਵਾਦ ਬੁੱਧ ਰਹਿਤ ਰਟਨ ਹੈ। ਇਹ ਗੱਲ ਠੀਕ ਨਹੀਂ। ਤਿੱਬਤ ਦੇ ਲੋਕ ਇੱਕ ਗੋਲ ਜਿਹੇ ਡੱਬੇ ਵਿੱਚ ਆਪਣੇ ਇਸ਼ਟ ਦਾ ਨਾਮ ਪਾ ਕੇ ਅਤੇ ਹੱਥ ਨਾਲ ਘੁਮਾਉਂਦੇ ਰਹਿੰਦੇ ਹਨ, ਫਿਰ ਉਸ ਨੂੰ ਇੱਕ ਡੰਡੇ 'ਤੇ ਚੜ੍ਹਾ ਕੇ ਬੜੇ ਵਜਦ ਵਿੱਚ ਕਿਰਿਆ ਦੇ ਵਿੱਚ ਘੁਮਾਉਂਦੇ ਹਨ। ਉਹ ਤਾਂ ਮਕੈਨੀਕਲ ਕਿਹਾ ਜਾ ਸਕਦਾ, ਪਰ ਉਹਨਾਂ ਦੇ ਹਿਰਦੇ ਵਿੱਚ ਜੋ ਜਾਪ ਚੱਲ ਰਿਹਾ ਉਹ ਮਕੈਨੀਕਲ ਨਹੀਂ ਹੈ। ਇਸ ਤਰ੍ਹਾਂ ਸਾਡਾ ਵਾਹਿਗੁਰੂ ਵਾਹਿਗੁਰੂ ਕਰਨਾ ਕਦੇ ਮਕੈਨੀਕਲ ਜੰਤਰਵਤ ਨਹੀਂ ਹੋ ਸਕਦਾ। ਅਸੀਂ ਕੋਈ ਨਿਰਜਿੰਦ ਚੀਜ਼ ਨਹੀਂ ਹਾਂ, ਸਾਡੇ ਵਿੱਚ ਇੰਟਲੈਕਟ ਭਾਵ ਬੁੱਧੀ ਹੈ। ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ਮਨ 'ਤੇ ਅਤੇ ਰੋਮ ਰੋਮ 'ਤੇ ਅਸਰ ਹੁੰਦਾ ਹੈ। ਪੋਥੀ ਪਰਮੇਸ਼ਰ ਕਾ ਥਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ। ਇਸ ਵਿੱਚ ਪਰਮੇਸ਼ਰ ਵੱਸਦਾ ਹੈ, ਇਹ ਗੁਰੂ ਵੀ ਹੈ। ਇਸ ਦਾ ਲੜਫੜੀ ਰੱਖਣਾ, ਇਸ ਦੀ ਸ਼ਰਨ ਵਿੱਚ ਰਹਿਣਾ। ਇਸ ਵਿੱਚ ਗੁਰਮੰਤਰ ਹੈ ਵਾਹਿਗੁਰੂ। ਇਸ ਮੰਤਰ ਦੇ ਸਿਮਰਨ ਨਾਲ ਉਹ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ ਜੋ ਯੋਗੀ ਨੂੰ ਯੋਗ ਨਾਲ ਹੁੰਦਾ ਹੈ। ਇਸ ਵਿੱਚ ਵਾਧਾ ਇਹ ਹੈ ਕਿ ਇਹ ਰਾਹ ਨਿਰਵਿਘਨ ਮਾਰਗ ਹੈ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ। ਯੋਗ ਮਾਰਗ ਵਿੱਚ ਵਿਘਨ ਪੈਣ ਦਾ ਇਮਕਾਨ ਹੈ, ਚਾਂਸ ਹੈ, ਪਰ ਇਸ ਮਾਰਗ ਵਿੱਚ ਵਿਘਨਾਂ ਦਾ ਡਰ ਨਹੀਂ। ਵਾਹਿਗੁਰੂ ਦਾ ਨਾਮ ਸਿਮਰੀਦਾ ਹੈ, ਆਪ ਰੱਖਿਆ ਕਰਦਾ ਹੈ। ਨਾਮ ਸਿਮਰਨ ਵਾਲੇ ਦੀ ਉਸਨੂੰ ਲਾਜ ਹੁੰਦੀ ਹੈ। ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਰਹਿੰਦੇ ਹੋਏ ਮਨ ਇਕਾਂਤ ਵਿੱਚ ਰੱਖਣਾ ਇਹੀ ਗੁਰਸਿੱਖੀ ਹੈ। ਸਿਮਰਨ ਵਿੱਚ ਅਸਾਂ ਗਾਫਲ ਨਹੀਂ ਹੋਣਾ, ਨਾ ਹੀ ਸੁਣ ਵੱਟਣੀ ਹੈ। ਸਿਮਰਨ ਨਾਲ ਅਸਾਂ ਵਾਹਿਗੁਰੂ ਜੀ ਦੀ ਸਮੀਪਤਾ ਨੇੜਤਾ ਹਾਸਲ ਕਰਨੀ ਹੈ ਅਤੇ ਵਿਕਸਣਾ ਹੈ, ਖਿੜਨਾ ਹੈ, ਵਾਹਿਗੁਰੂ ਵਿੱਚ ਵਸਣਾ ਹੈ ਅਤੇ ਵਾਹਿਗੁਰੂ ਨੂੰ ਆਪਣੇ ਚੇਤੇ ਵਿੱਚ ਵਸਾਉਣਾ ਹੈ। ਇਹੀ ਸਿਮਰਨ ਹੈ। ਸਿਮਰਨ ਵਿੱਚ ਅਸਾਂ ਲਕਸ਼ ਵੱਲ ਧਿਆਨ ਰੱਖਣਾ ਹੈ। ਅੰਗਰੇਜ਼ ਜਦ ਗਾਡ ਕਹੇਗਾ ਤਾਂ ਉਸਦਾ ਨਿਰੰਕਾਰ ਵੱਲ ਧਿਆਨ ਪਵੇਗਾ, ਪਰ ਜੇ ਇੱਕ ਕਸ਼ਮੀਰੀ ਗਾਡ ਕਹੇਗਾ ਤਾਂ ਉਸਦਾ ਮਛਲੀ ਵੱਲ ਧਿਆਨ ਜਾਵੇਗਾ, ਕਿਉਂਕਿ ਕਸ਼ਮੀਰੀ ਬੋਲੀ ਦੇ ਵਿੱਚ ਗਾਡ ਮੱਛੀ ਨੂੰ ਕਹਿੰਦੇ ਹਨ। ਸਿੱਖੀ ਸੇਵਕਾਂ ਦਾ ਜਥਾ ਹੈ। ਅਸਾਂ ਵਾਹਿਗੁਰੂ ਦਾ ਨਾਮ ਜਪਣਾ ਅਤੇ ਲੋਕਾਂ ਵਿੱਚ ਰਹਿ ਕੇ ਸੇਵਾ ਕਰਨੀ ਹੈ, ਇਹੀ ਗੁਰੂ ਹੁਕਮ ਹੈ। ਕੰਦਰਾਂ ਵਿੱਚ ਜਾ ਕੇ ਨਹੀਂ ਛਿਪੇ ਰਹਿਣਾ। ਪਹਿਲਾਂ ਭਲੇ ਲੋਕ ਸਭ ਯੋਗ ਦੇ ਪਿੱਛੇ ਜੰਗਲੀ ਜਾਵਾਸ ਕਰਦੇ ਸਨ, ਪਿੱਛੇ ਸਿਰਫ ਸਵਾਰਥੀ ਰਹਿ ਜਾਂਦੇ ਸਨ, ਸੁਸਾਇਟੀ ਚੰਗੇ ਆਦਮੀਆਂ ਤੋਂ ਖਾਲੀ ਹੋ ਜਾਂਦੀ ਸੀ ਅਤੇ ਫਿਰ ਇਸਦਾ ਨਤੀਜਾ ਕੀ, ਕੌਮੀ ਰਾਜਸੀ ਅਤੇ ਆਰਥਿਕ ਹਾਨੀ ਹੋਇਆ ਕਰਦੀ ਸੀ। 10,000 ਆਦਮੀ ਬਾਹਰੋਂ ਆ ਕੇ ਹਿੰਦੁਸਤਾਨ ਦੇ 21 ਕਰੋੜ ਦੇ ਆਬਾਦੀ ਵਿੱਚੋਂ ਸੋਮਨਾਥ ਮੰਦਰ ਨੂੰ ਲੁੱਟ ਕੇ ਲੈ ਗਏ। ਕਿਸੇ ਵਿੱਚ ਵੀ ਉਸਦਾ ਟਾਕਰਾ ਕਰਨ ਦੀ ਹਿੰਮਤ ਨਾ ਹੋਈ। ਗੁਰੂ ਸਾਹਿਬ ਨੇ ਸਾਨੂੰ ਸਿਮਰਨ ਦਾ ਸਹਿਜ ਰਸਤਾ ਦੱਸਿਆ, ਨਾਲ ਚੜ੍ਹਦੀ ਕਲਾ ਵਿੱਚ ਰਹਿਣਾ ਵੀ ਦੱਸਿਆ, ਜਿਸ ਨਾਲ ਸੰਸਾਰ ਵਿੱਚ ਵੀ ਕਰਤਾਰ ਵਿੱਚ ਵੀ ਵਾਹਿਗੁਰੂ ਦੇ ਨਾਲ ਸੁਰਤ ਸਹਿਜੇ ਜੁੜੀ ਰਹਿੰਦੀ ਹੈ। ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਾਂਦਿਆਂ ਵਿੱਚੇ ਹੋਵੇ ਮੁਕਤ। ਮੈਂ ਜੋ ਕੁਛ ਕਹਿੰਦਾ ਹਾਂ ਇਹਦੇ ਵਿੱਚ ਮੇਰੀ ਆਪਣੀ ਕੋਈ ਸਿਆਣਪ ਨਹੀਂ ਹੈ, ਮੇਰੀ ਕੋਈ ਚਤੁਰਾਈ ਨਹੀਂ ਹੈ। ਹਾਂ, ਆਪਣਾ ਜੀਵਨ ਉੱਚਾ ਬਣਾਓ, ਜਿੰਨੀ ਵਾਰੀ ਵੀ ਭੁੱਲ ਕਰੋ ਬਖਸ਼ਿਸ਼ ਵਾਸਤੇ ਅਰਦਾਸ ਜ਼ਰੂਰ ਕਰੋ। ਆਪਣੇ ਮਨ ਦੀ ਸੇਧ ਸਦਾ ਵਾਹਿਗੁਰੂ ਵੱਲ ਰੱਖੋ। ਜਿਸ ਤਰ੍ਹਾਂ ਇੱਕ ਯੰਤਰ ਹੁੰਦਾ ਹੈ ਮਿਕਨਾਤੀਸ,
ਉਹਨੂੰ ਕੁਤਬਨੁਮਾ ਵੀ ਆਖਦੇ ਹਨ। ਉਸ ਦੀ ਸੂਈ ਹਰ ਵੇਲੇ ਸ਼ਮਾਲ ਵੱਲ ਭਾਵ ਉੱਤਰ ਵੱਲ ਰਹਿੰਦੀ ਹੈ ਅਤੇ ਸੰਸਾਰ ਪਰਿਵਾਰ ਦਾ ਸਾਰਾ ਕੰਮ ਕਰੀ ਜਾਈਏ ਅਤੇ ਇਹ ਧਿਆਨ ਵਾਹਿਗੁਰੂ ਵੱਲ ਲਕਸ਼ ਰੱਖੇ, ਉਹਦੇ ਨਾਲ ਜੁੜਿਆ ਰਹੇ। ਸਿਮਰਨ ਨਾਲ ਜਦ ਅਸੀਂ ਨਰਮ ਹੁੰਦੇ ਹਾਂ ਤਾਂ ਮਾੜੇ ਆਦਮੀਆਂ ਨਾਲ ਗਲਾਨੀ ਹੋ ਜਾਂਦੀ ਹੈ। ਆਪਣੇ ਵਿੱਚ ਨਿਰਮਲਤਾ ਜਦੋਂ ਆ ਜਾਂਦੀ ਹੈ ਫਿਰ ਸਾਡੇ ਮਨ ਵਿੱਚ ਦੂਜਿਆਂ ਵਾਸਤੇ ਹਮਦਰਦੀ ਅਤੇ ਤਰਸ ਪੈਦਾ ਹੁੰਦਾ ਹੈ। ਅਸੀਂ ਹੋਰਨਾਂ ਦਾ ਭਲਾ ਲੋਚਦੇ ਹਾਂ। ਖਿਆਲ ਰੱਖਣਾ ਹੈ ਕਿਤੇ ਆਪਾ ਸਲਾਉਣ ਵਿੱਚ ਰੁਕ ਅਸੀਂ ਪਰਮਾਰਥ ਦੇ ਰਸਤੇ ਤੋਂ ਨਾ ਹੀ ਖੁੰਝ ਜਾਈਏ। ਆਪਾ ਸਲਾਉਣ ਨੂੰ ਵੀ ਗੁਰੂ ਸਾਹਿਬ ਨੇ ਹੋਰ ਮੰਦੇ ਰਸਾਂ ਵਾਂਗੂ ਮੰਦਾ ਆਖਿਆ। ਸੰਤ ਭੋਲਾ ਸਿੰਘ ਜੀ ਤਰਨ ਤਾਰਨ ਵਿੱਚ ਇੱਕ ਮਹਾਂਪੁਰਸ਼ ਹੋਏ ਹਨ। ਉਹਨਾਂ ਨੇ 25 ਸਾਲ ਆਪਣੇ ਮੁਰਸ਼ਦ ਦੀ ਸੇਵਾ ਕੀਤੀ। ਆਪ ਜੀ ਇੱਕ ਵੇਰ ਤਰਨ ਤਾਰਨ ਸਾਹਿਬ ਸਰੋਵਰ ਦੀ ਪਰਿਕਰਮਾ ਕਰ ਰਹੇ ਹਨ। ਆਪ ਨੇ ਆਪਣੇ ਮਨ ਦੀ ਹਾਲਤ ਵਿਚਾਰੀ, ਮਹਿਸੂਸ ਕੀਤਾ ਕਿ ਆਹ ਮੈਨੂੰ ਜਿਹੜੇ ਸੱਜਣ ਮੱਥਾ ਟੇਕਦੇ ਆ ਉਹ ਮੈਨੂੰ ਉਹਨਾਂ ਤੋਂ ਕੁਛ ਚੰਗੇ ਲੱਗਦੇ ਹਨ ਜਿਹੜੇ ਸਿਰਫ ਫਤਿਹ ਹੀ ਬੁਲਾਉਂਦੇ ਹਨ। ਉਹਨਾਂ ਨੇ ਸੋਚਿਆ ਮੈਂ ਖੱਟਿਆ ਕੀ, ਜੇ ਇਹ ਆਪਾ ਸਲਾਹਣਾ ਹੀ ਮੇਰੇ ਗਲ ਪਈ ਜਾਣਾ ਹੈ, ਮੇਰੀ ਬਿਪਤਾ ਬਣਨੀ ਹੈ, ਮੇਰੇ ਰਾਹ ਦੀ ਰੁਕਾਵਟ ਬਣਨੀ ਹੈ, ਫਿਰ ਤਾਂ ਕੋਈ ਲਾਭ ਨਾ ਹੋਇਆ। ਇਹ ਨੁਕਸ ਦੂਰ ਕਰਨ ਵਾਸਤੇ ਉਹਨਾਂ ਨੂੰ ਹੋਰ 6 ਮਹੀਨੇ ਲੱਗ ਗਏ। ਪਸ਼ੂਆਂ ਵਿੱਚ ਅਤੇ ਸਾਡੇ ਇਨਸਾਨਾਂ ਵਿੱਚ ਇਹੀ ਮੂਲ ਫਰਕ ਹੈ ਕਿ ਉਹਨਾਂ ਵਿੱਚ ਕਿਉਂ ਦੇ ਚੰਗੇ ਮੰਦੇ ਵਿਚਾਰ ਨਹੀਂ ਹਨ। ਬਾਕੀ ਸਾਰੀਆਂ ਗੱਲਾਂ ਇਨਸਾਨਾਂ ਅਤੇ ਪਸ਼ੂਆਂ ਵਿੱਚ ਇੱਕੋ ਜਿਹੀਆਂ ਹਨ। ਅਸਾਂ ਸਮਝ ਨਾਲ ਵਿਚਾਰ ਕੇ ਚੰਗੇ ਕੰਮ ਕਰਨੇ ਹਨ ਅਤੇ ਅੱਗਾ ਸਵਾਰਨ ਵਾਸਤੇ ਨਾਮ ਜਪਣਾ ਹੈ। ਇਸ ਤਰ੍ਹਾਂ ਕਰਨ ਨਾਲ ਹਉਮੈ ਨਹੀਂ ਰਹਿੰਦੇ। ਕਰ ਪੁੰਨਹੋ ਨੀਚ ਸਦਾਈ ਹੈ, ਆਪਣੇ ਆਪ ਨੂੰ ਨੀਵਾਂ ਰੱਖਣਾ ਹੈ ਪੁੰਨਾ ਕਰਕੇ, ਕਰਮਾਂ ਕਰਕੇ। ਹਉਮੈ ਨਾ ਰਹੇ ਤਾਂ ਸੱਚ ਹਿਰਦੇ ਵਿੱਚ ਵੱਸਦਾ ਹੈ। ਸੱਚ ਵਿੱਚ ਬੜੀ ਸ਼ਕਤੀ ਹੈ। ਸੱਚ ਵਾਲੇ ਦਾ ਨਿਸ਼ਚਾ ਦ੍ਰਿੜ ਹੁੰਦਾ ਹੈ, ਉਸਦਾ ਇਰਾਦਾ ਲੱਠ ਵਾਂਗ ਮਜ਼ਬੂਤ ਹੁੰਦਾ ਹੈ, ਡੋਲਦਾ ਨਹੀਂ। ਜਿਵੇਂ ਬਿਜਲੀ ਘਰ ਤੋਂ ਬਿਜਲੀ ਲਿਆਉਣ ਵਾਸਤੇ ਤਾਰਾਂ ਦੀ ਜ਼ਰੂਰਤ ਹੈ, ਤਾਰਾਂ ਦੇ ਬਗੈਰ ਬਿਜਲੀ ਨਹੀਂ ਆ ਸਕਦੀ। ਸਿਮਰਨ ਤਾਰਾਂ ਹਨ, ਇਸ ਨਾਲ ਸਾਡੇ ਘਰ ਵਿੱਚ ਵਾਹਿਗੁਰੂ ਦੀ ਤਾਕਤ ਆਉਂਦੀ ਹੈ। ਰਾਤ ਨੂੰ ਜਦ ਜਾਗ ਆਵੇ, ਬਾਕੀ ਘਰ ਦੇ ਸੁੱਤੇ ਹੋਣ, ਤੁਸੀਂ ਸਿਮਰਨ ਵਿੱਚ ਲੱਗ ਜਾਓ। ਗ੍ਰਿਸਤੀ ਦੀ ਇਕਾਂਤ ਇਹੀ ਹੈ, ਇਹੀ ਉਦਾਸੀ ਹੈ, ਇਹੀ ਭਗਤੀ ਹੈ। ਨਾਮ ਸਿਰਫ ਦੇਵ ਗੁਰੂ ਦੇ ਸਦਕਾ ਹੈ। ਸਾਡੇ ਸਤਿਗੁਰੂ ਸਨ, ਉਹ ਆਪਣਾ ਚਰਨ ਅੰਮ੍ਰਿਤ ਦੇ ਕੇ ਨਾਮ ਦਿੰਦੇ ਸਨ। ਹੁਣ 5 ਪਿਆਰੇ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਨਾਮ ਦਿੰਦੇ ਹਨ ਅਤੇ ਰਹਿਤ ਮਰਿਆਦਾ ਵੀ ਦੱਸਦੇ ਹਨ। ਸਫਲ ਜਨਮ ਹਰ ਕਾ ਉਪਜਿਆ, ਜਿਨ ਕੀਤੋ ਸੌਤ ਵਿਧਾਤਾ, ਸਗਲ ਸਮੂਹ ਲੈ ਉਦਰੈ ਨਾਨਕ, ਪੂਰਨ ਬ੍ਰਹਮ ਪਛਾਤਾ। ਇਹ ਖੇੜਾ ਜਿਹੜਾ ਨਾਮ ਜਪਣ ਜਾਂ ਸਤਸੰਗ ਤੋਂ ਮਿਲਦਾ ਹੈ ਦੁਰਲੱਭ ਹੈ। ਇਹ ਅਸਲੀ ਚੀਜ਼ ਹੈ। ਦਰਖਤ ਸਾਲ ਭਰ ਦੇ ਤਸ਼ੱਦਦ ਦੇ ਬਾਅਦ ਮੌਸਮ ਦੇ ਥੋੜ੍ਹੇ ਜਿਹੇ ਦਿਨਾਂ ਵਾਸਤੇ ਖੇੜੇ ਵਿੱਚ ਆਉਂਦਾ ਹੈ। ਇਸ ਤਰ੍ਹਾਂ ਦੁਨੀਆਂ ਦੀ ਪਦਾਰਥ ਖੇੜਾ ਦੇ ਕੇ ਫਿਰ ਮਨ ਨੂੰ ਖਰਾਬ ਕਰਦੇ ਹਨ। ਵਾਹਿਗੁਰੂ ਦੇ ਪਾਸੇ ਦਾ ਖੇੜਾ ਬੜਾ ਕੀਮਤੀ ਹੈ ਔਰ ਸਦੀਵੀ ਹੈ। ਜਿਹੜਾ ਇਕੱਲਾ 3 ਦਿਨਾਂ ਵਿੱਚ ਅਖੰਡ ਪਾਠ ਕਰ ਲੈਂਦਾ ਹੈ ਨਾ, ਉਹ ਇਸ ਖੇੜੇ ਦੀ ਸਾਰ ਨਹੀਂ ਜਾਣਦਾ। ਐਵੇਂ ਆਪਣੇ ਹਉਮੈ ਵਧਾਉਂਦਾ ਹੈ, ਮੈਂ ਬੜਾ ਵੱਡਾ ਪਾਠੀ ਹਾਂ, ਮੈਂ ਬੜਾ ਵੱਡਾ ਵੇਦਾਂਤੀ ਹਾਂ। ਇਹ ਹਉਮੈ ਵਧਾਉਂਦੀ ਹੈ ਗੱਲ। ਵਾਹਿਗੁਰੂ ਨੇ ਕੁਦਰਤ ਵਿੱਚ ਭਾਰੀ ਅਨੇਕਤਾ ਰਚੀ ਹੈ, ਜਿਸ ਦਾ ਕੁਛ ਮਤਲਬ ਹੈ, ਕੁਝ ਪਰਪਜ਼ ਹੈ। ਦਰਖਤਾਂ, ਜਾਨਵਰਾਂ ਅਤੇ ਹੋਰ ਸਭ ਕਾਇਨਾਤ ਵਿੱਚ ਆਦਮੀਅਤ ਦੇ ਦਰਜੇ ਤੱਕ
ਸਾਂਝਾ ਹੁੰਦੀਆਂ ਹਨ। ਇਹਨਾਂ ਵਿੱਚੋਂ ਕੁਝ ਵਿਸ਼ੇਸ਼ ਸਾਂਝ ਪ੍ਰਗਟ ਕਰਨਾ ਇਹ ਕੁਦਰਤ ਦਾ ਇੱਕ ਖੇਲ ਹੈ। ਆਦਮੀਅਤਾ ਤੋਂ ਫਿਰ ਏਕਤਾ ਵਿੱਚ ਸਮਾ ਲੈਣਾ, ਮੰਦਰ ਮੇਰਾ ਸ਼ਬਦ ਉਜਾਰਾ। ਜਦ ਤੱਕ ਮਨ ਜਾਗੇ ਨਾ, ਬੋਲੇ ਨਾ, ਇਹ ਬੁੜਬੜਾਉਣਾ ਹੈ। ਬੁੜਬੜਾਉਣਾ ਅਤੇ ਨਾਮ ਜਪਣਾ ਇਹ ਅਲੱਗ ਅਲੱਗ ਸੈਂਸ 'ਤੇ ਹੈ, ਭਾਵੇਂ ਕਿਰਿਆ ਇੱਕ ਹੈ। ਗੰਦੀ ਨਾਲੀ ਦਾ ਪਾਣੀ ਵੀ H2O ਹੈ ਅਤੇ ਪਵਿੱਤਰ ਗੋਦਾਵਰੀ ਦਾ ਪਾਣੀ ਵੀ H2O ਹੈ। ਕੈਮੀਕਲ ਬਣਤਰ ਵਿੱਚ ਦੋਨੋਂ ਇੱਕ ਹਨ, ਪਰ ਇਸਤੇਮਾਲ ਕਰਨ ਵਿੱਚ ਇੱਕ ਨਹੀਂ ਹਨ। ਇੱਕ ਵਿੱਚ ਮੈਲ ਹੈ, ਗੰਦਗੀ ਹੈ, ਅਤੇ ਦੂਜੇ ਵਿੱਚ ਸਫਾਈ ਹੈ, ਪਵਿੱਤਰਤਾ ਹੈ। ਹੈਂਡ ਤਾਂ ਦੋਨੋਂ ਇੱਕ, ਪਰ ਗੁਣ ਇੱਕ ਨਹੀਂ ਹਨ। ਇੱਕ ਮੈਲ ਨਾਲ ਭਰਿਆ, ਇੱਕ ਪਵਿੱਤਰਤਾ ਦਾ ਪ੍ਰਤੀਕ ਹੈ। ਸੋ ਇਸ ਤਰ੍ਹਾਂ ਜੀਵ ਜੇ ਆਪਣੇ ਆਪ ਨੂੰ ਬ੍ਰਹਮ ਕਹੇ ਤਾਂ ਇਹ ਗਲਤੀ ਹੈ। ਬਹੁਤੇ ਆਤਮਨਿਸ਼ਠੀ ਹੋ ਕੇ ਰਹਿ ਜਾਂਦੇ ਹਨ ਅਤੇ ਆਪਣੇ ਆਪ ਨੂੰ ਬ੍ਰਹਮਨਿਸ਼ਠੀ ਕਹਿਣ ਲੱਗ ਪੈਂਦੇ ਹਨ। ਇਸ ਗਲਤੀ ਦੇ ਕਾਰਨ ਅਧਵਾਟੇ ਹੀ ਰਹਿ ਜਾਈਦਾ ਹੈ। ਜਦ ਤੱਕ ਜੀਵ ਵਿੱਚ ਮੈਲ ਹੈ, ਉਹ ਜਿੰਨਾ ਵੀ ਉੱਚਾ ਕਿਉਂ ਨਾ ਹੋ ਜਾਵੇ, ਬ੍ਰਹਮ ਨਹੀਂ ਹੋ ਸਕਦਾ। ਇਸ ਮਾਰਗ ਵਿੱਚ ਘਾਬਰਨਾ ਨਹੀਂ, ਡਰਨਾ ਨਹੀਂ, ਢਹਿੰਦੀ ਕਲਾ ਵਿੱਚ ਨਹੀਂ ਜਾਣਾ। ਨਾਮ ਹੀ ਪ੍ਰਾਪਤੀ ਹੈ। ਸੰਤ ਲਖਬੀਰ ਸਿੰਘ ਜੀ ਕਿਹਾ ਕਰਦੇ ਸਨ ਕਿ ਮੈਂ ਸਮੁੰਦਰ ਵਿੱਚ ਗੋਤੇ ਖਾ ਰਿਹਾ ਸਾਂ, ਸਹਿਵਨ ਹੀ ਮੇਰਾ ਹੱਥ ਇੱਕ ਚੱਲਦੇ ਜਹਾਜ਼ ਦੇ ਖੁੰਡ ਨੂੰ ਪੈ ਗਿਆ। ਹੁਣ ਮੈਂ ਉਸ ਜਹਾਜ਼ ਦੇ ਆਸਰੇ ਤਰ ਰਿਹਾ ਹਾਂ। ਜ਼ੋਰ ਨਹੀਂ ਲਾਉਣਾ ਪੈਂਦਾ, ਡੁੱਬਣ ਦਾ ਵੀ ਡਰ ਨਹੀਂ। ਇਹ ਖੁੰਡ ਨਾਮ ਹੈ, ਇਹ ਮੈਂ ਘੁੱਟ ਕੇ ਫੜਿਆ ਹੋਇਆ ਹੈ। ਸੰਸਾਰ ਸਾਗਰ ਹੈ, ਨਾਮ ਇੱਕ ਦਿਨ ਮੈਨੂੰ ਸੱਚ ਦੇ ਕਿਨਾਰੇ ਲੈ ਜਾਏਗਾ। ਗੁਰੂ ਸਾਹਿਬ ਨੇ ਇੱਕ ਪਾਸੇ ਗੁਰਮੁਖ ਨੂੰ ਇਹ ਕਿਹਾ ਹੈ ਕਿ ਕੁਛ ਬਣ ਕੇ ਨਹੀਂ ਬੈਠਣਾ, ਜਿਹੜੇ ਬਣਦੇ ਹਨ ਉਹ ਫਸ ਜਾਂਦੇ ਹਨ, ਜਿਵੇਂ ਨਲਨੀ ਵਿੱਚ ਤੋਤਾ। ਦੂਸਰੇ ਪਾਸੇ ਸਿੱਖ ਨੂੰ ਸਮਝਾਇਆ ਕਿ ਗੁਰਮੁਖ ਦੇ ਪੈਰੀਂ ਪੈਣਾ। ਹਾਸਰਸ ਇਹ ਐਵੇਂ ਹੈ ਜਿਵੇਂ ਇੱਕ ਪਾਸੇ ਚੋਰ ਨੂੰ ਕਿਹਾ ਜਾਵੇ ਕਿ ਤੂੰ ਚੋਰੀ ਕਰ, ਅਤੇ ਦੂਸਰੇ ਪਾਸੇ ਘਰ ਵਾਲਿਆਂ ਨੂੰ ਖਬਰਦਾਰ ਰਹਿਣ ਲਈ ਤਾਕੀਦ ਕੀਤੀ ਜਾਵੇ। ਦੋਹਾਂ ਧਿਰਾਂ ਨੇ ਆਪਣੇ ਆਪਣੇ ਵਾਸਤੇ ਜੋ ਹੁਕਮ ਹੈ ਪਾਲਣਾ ਹੈ। ਗੁਰੂ ਸਾਹਿਬ ਦਾ ਉਪਦੇਸ਼ ਸੱਚਾ ਹੈ। ਗੁਰੂ ਸਾਹਿਬ ਨੇ ਕਿਹਾ ਹੈ ਕਿ ਅੰਨ ਖਾ ਅਤੇ ਨਾਮ ਸਿਮਰ। ਵਰਤ ਰੱਖ ਕੇ ਨਾਮ ਜਪਣ ਨੂੰ ਨਹੀਂ ਕਿਹਾ। ਉਹਨਾਂ ਨੂੰ ਤਨ ਦੀ ਰੱਖਿਆ ਵਾਸਤੇ ਅੰਨ ਦੀ ਜ਼ਰੂਰਤ ਦਾ ਅਹਿਸਾਸ ਸੀ, ਤਦੀ ਕਿਹਾ ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ। ਫਿਰ ਕਬੀਰ ਜੀ ਵੀ ਬਹੁਤ ਪਵਿੱਤਰ ਵਾਕ ਦੱਸਦੇ ਨੇ, ਜਪੀਏ ਨਾਮ ਅੰਨ ਕੈ ਸਾਲ। ਗੁਰੂ ਸਾਹਿਬ ਨੇ ਨਾਮ ਸੱਤ ਕਿਹਾ ਹੈ। ਇੱਕ ਓਅੰਕਾਰ ਸੱਤ ਨਾਮ, ਸੱਤ ਚਿੱਤ ਆਨੰਦ ਤਾਂ ਹੈ, ਉਸਦਾ ਨਾਮ ਵੀ ਸੱਤ ਹੈ। ਜਿੰਨਾ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਫਿਰ ਅੱਗੇ ਸਲੋਕ ਵਿੱਚ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੋਰ ਸਪਸ਼ਟ ਕਰਦੇ ਹਨ, ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਲੋਕ ਕੁਝ ਦੇਖਣਾ ਚਾਹੁੰਦੇ ਹਨ, ਕੁਝ ਕਰਾਮਾਤ ਵੇਖਣੀ ਚਾਹੁੰਦੇ ਹਨ, ਫਿਰ ਖਰਾਬ ਹੁੰਦੇ ਹਨ। ਨਾਮ ਭਾਗਾਂ ਨਾਲ ਮਿਲਦਾ ਹੈ, ਸੰਸਾਰ ਫੁਰਨਾ ਹੈ। ਜਦ ਸੰਸਾਰ ਦਾ ਫੁਰਨਾ ਹੈ ਤਾਂ ਸੰਸਾਰ ਵਿਕਸਣਹਾਰ ਵਿਕਸੇਗਾ, ਫੁਰਨਾ ਖਤਮ ਹੋ ਜਾਏਗਾ। ਜਦ ਵਾਹਿਗੁਰੂ ਦਾ ਚਿਤਨ ਹੈ ਤਾਂ ਬ੍ਰਹਮ ਗਿਆਨ ਹੈ। ਦੁੱਖ ਵੇਲੇ ਅਰਦਾਸ ਕਰੋ, ਸੁੱਖ ਵੇਲੇ ਸ਼ੁਕਰ ਕਰੋ, ਅਤੇ ਜਦ ਮਨ ਆਮ ਹਾਲਤ ਵਿੱਚ ਹੋਵੇ ਤਾਂ ਸਿਮਰਨ ਕਰੋ।
ਸਾਡੇ ਅੰਦਰ ਨਿਰੰਕਾਰੀ ਜੋਤ ਵੱਸਦੀ ਹੈ ਪਰ ਮਨ ਬਿਲਕੁਲ ਨਿਰਮਲ ਨਹੀਂ। ਉਸ ਵਿੱਚ ਹਉਮੈ ਦੀ ਮੈਲ ਹੈ ਜਿਸ ਨੇ ਉਸ ਜੋਤ ਨਾਲੋਂ ਸਾਨੂੰ ਨਖੇੜ ਰੱਖਿਆ ਹੈ। ਇਸ ਵਾਸਤੇ ਅਸਾਂ ਮਨ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਲਾਈ ਰੱਖਣਾ ਹੈ। ਇਸ ਵਾਸਤੇ ਕਿਹਾ ਹੈ ਬ੍ਰਹਮ ਗਿਆਨੀ ਕਹਿ ਨਾਮ ਆਧਾਰ। ਨਾਮ ਸਿਮਰਨ ਵਾਸਤੇ ਨੀਂਦ ਪੂਰੀ ਕਰਨੀ ਜ਼ਰੂਰੀ ਹੈ। ਇਸ ਗੱਲ ਦੇ ਨਾ ਸਮਝਣ ਨਾਲ ਕਈਆਂ ਨੇ ਆਪਣੀ ਸਿਹਤ ਖਰਾਬ ਕਰ ਲਈ ਹੈ। ਇੱਕ ਰੇਲਵੇ ਦੇ ਰਿਟਾਇਰਡ ਅਫਸਰ ਮੇਰੇ ਪਾਸ ਆਏ ਜੋ ਰਾਤ ਨੂੰ ਸਿਰਫ 2 ਘੰਟੇ ਸੌਂਦੇ ਸਨ। ਉਸਨੂੰ ਕੋਈ ਰਸ ਨਹੀਂ ਸੀ ਆ ਰਿਹਾ। ਮੈਂ ਉਸਨੂੰ ਕਿਹਾ ਕਿ ਘੱਟ ਤੋਂ ਘੱਟ 6 ਘੰਟੇ ਸੌਂਇਆ ਕਰ। ਉਹ ਮੰਨੇ ਨਾ। ਮੈਂ ਕਿਹਾ ਤਾਂ ਫਿਰ ਕਿਸੇ ਸੰਤ ਪਾਸ ਜਾ, ਮੇਰੀ ਤਾਂ ਇਹੀ ਸਲਾਹ ਹੈ। ਜਦ ਮੰਨ ਗਿਆ ਤਾਂ ਕਹੇ ਕਿ ਨੀਂਦ ਨਹੀਂ ਆਉਂਦੀ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਉਸੇ ਤਰ੍ਹਾਂ ਲੇਟਿਆ ਰਿਹਾ ਕਰ। ਇਸ ਤਰ੍ਹਾਂ ਕਰਨ ਨਾਲ 1 ਮਹੀਨੇ ਵਿੱਚ ਹੀ ਉਹਦੀ ਦੇਹ ਦੀ ਹਾਲਤ ਸੁਧਰ ਗਈ। ਇੱਕ ਆਦਮੀ ਇੱਕੋ ਬੈਠਕ ਵਿੱਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦਾ ਸੀ। ਇਹ ਥੋੜ੍ਹੀ ਘਾਲ ਨਹੀਂ ਪਰ ਸੁਰਤ ਉਸਦੀ ਖੰਡਾਓ ਵਿੱਚ ਹੀ ਸੀ। ਘਾਲ ਤਾਂ ਬਹੁਤ ਹੈ ਪਰ ਜਦ ਸੁਰਤ ਹੀ ਨਹੀਂ ਜੁੜੀ ਫਾਇਦਾ ਕੀ। ਇੱਥੇ ਹਵਾ ਚੱਲ ਰਹੀ ਹੈ, ਅਸੀਂ ਇਸ ਨੂੰ ਮਹਿਸੂਸ ਕਰ ਰਹੇ ਹਾਂ ਅਤੇ ਇਸ ਨਾਲ ਸਾਹ ਵੀ ਲੈ ਰਹੇ ਹਾਂ। ਕੋਲ ਇੱਥੇ ਇੱਕ ਮੁਰਦਾ ਪਿਆ ਹੋਵੇ ਉਹ ਹਵਾ ਨੂੰ ਮਹਿਸੂਸ ਨਹੀਂ ਕਰੇਗਾ। ਉਸਦੇ ਹਵਾ ਨੂੰ ਮਹਿਸੂਸ ਕਰਨ ਵਾਲਾ ਯੰਤਰ ਫੇਫੜੇ ਹੁਣ ਕੰਮ ਨਹੀਂ ਕਰ ਰਿਹਾ। ਇਸ ਤਰ੍ਹਾਂ ਨਾਮ ਸਿਮਰਨ ਵਾਲਾ ਆਦਮੀ ਵਾਹਿਗੁਰੂ ਦੀ ਹੋਂਦ ਨੂੰ ਅਨੁਭਵ ਕਰਦਾ ਹੈ। ਵਾਹਿਗੁਰੂ ਤਾਂ ਹਰ ਥਾਂ ਹੈ ਪਰ ਬਗੈਰ ਸਿਮਰਨ ਅਭਿਆਸ ਦੇ ਇਨਸਾਨ ਮੁਰਦੇ ਵਾਂਗੂ ਹੁੰਦਾ ਹੈ ਅਤੇ ਵਾਹਿਗੁਰੂ ਦੀ ਹਜ਼ੂਰੀ ਦਾ ਜਾਣੂ ਨਹੀਂ ਹੁੰਦਾ। ਵਾਹਿਗੁਰੂ ਅੱਗੇ ਰੋਣ ਦੀ ਉੱਚੀ ਉੱਚੀ ਪੁਕਾਰ ਕਰਨ ਦੀ ਲੋੜ ਹੈ ਪਰ ਅੰਦਰੋਂ ਝੀਣੀ ਮਾਣ ਨਾਲ, ਉੱਤੋਂ ਉੱਤੋਂ ਵਿਖਾਵੇ ਦੀ ਨਹੀਂ। ਮਨ 'ਤੇ ਕਾਬੂ ਰੱਖਣਾ। ਵਾਹਿਗੁਰੂ ਅੰਤਰਜਾਮੀ ਹੈ ਅਤੇ ਸਭ ਕੁਛ ਆਪੇ ਜਾਣਦਾ ਹੈ। ਜਿਹੜੇ ਨਾਮ ਸਿਮਰਦੇ ਹਨ ਉਹ ਵਾਹਿਗੁਰੂ ਜਿਹੇ ਹੀ ਹੋ ਜਾਂਦੇ ਹਨ। ਨਾਮ ਦੀ ਕਦਰ ਕੋਈ ਵਿਰਲਾ ਜਾਣਦਾ ਹੈ। ਸਾਈਂ ਜੀ ਸਾਹਿਬ ਨੇ ਕਿਹਾ ਸੀ ਕਿ ਜੇ ਕੋਈ ਮੁਰਦੇ ਨੂੰ ਤੁਹਾਡੇ ਸਾਹਮਣੇ ਜਿਉਂਦਾ ਕਰ ਦੇਵੇ ਤਾਂ ਉਸ ਨੂੰ ਵੱਡਾ ਨਾ ਜਾਣੋ। ਵੱਡਾ ਉਹ ਹੈ ਜਿਸ ਨੂੰ ਨਾਮ ਦਾ ਰਸ ਆਇਆ ਅਤੇ ਭਾਣੇ ਵਿੱਚ ਹੈ, ਹੁਕਮ ਵਿੱਚ ਹੈ।